ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮੰਨੂ ਮੋੜ ਤੇ ਇੱਕ ਬੱਚੇ ਨੇ ਮੈਨੂੰ ਇੰਸਟਾਗ੍ਰਾਮ ਤੇ ਕੰਟੈਕਟ ਕੀਤਾ ਤੇ ਇੱਕ ਸਕਰੀਨਸ਼ਾਟ ਭੇਜਿਆ ਸਕਰੀਨਸ਼ਾਟ ਤੁਹਾਨੂੰ ਦਿਖਾ ਦਿੰਨਾ ਕਿਹੜਾ ਸਕਰੀਨਸ਼ਾਟ ਭੇਜਿਆ ਉਹਨਾਂ ਨੇ ਇਹ ਸਕਰੀਨਸ਼ਾਟ ਭੇਜਿਆ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਐਸਆਈ ਦਾ ਪੇਪਰ ਕੈਨਸਲ ਹੋਵੇਗਾ ਫੀਸ ਰਿਫੰਡ ਕਰ ਦਿੱਤੀ ਜਾਵੇਗੀ ਤੇ ਜਿਹੜੀ ਭਰਤੀ ਹੈ ਐਸਆਈ ਦੀ ਇਹ ਕੈਨਸਲ ਕਰ ਦਿੱਤੀ ਜਾਵੇਗੀ ਇਸ ਬੱਚੇ ਦਾ ਸਵਾਲ ਸੀ ਇਸ ਸਕਰੀਨਸ਼ਾਟ ਭੇਜ ਕੇ ਕਿ ਪਰਤੀ ਸੱਚੀ ਕੈਨਸਲ ਹੋ ਜਾਵੇਗੀ ਜਾਂ ਐਗਜ਼ਾਮ ਦੁਬਾਰਾ ਕੰਡਕਟ ਹੋਵੇਗਾ ਦੇਖੋ ਦੋਸਤੋ ਆਫੀਸ਼ੀਅਲੀ ਵੈਬਸਾਈਟ ਮੈਂ ਪੂਰੀ ਚੈੱਕ ਕਰ ਲਈ ਐ ਇਹਨਾਂ ਦੇ ਟਵਿੱਟਰ ਅਕਾਊਂਟ ਵੀ ਚੈੱਕ ਕਰ ਰਹੇ ਨੇ ਇਸ ਤਰ੍ਹਾਂ ਦੀ ਕੋਈ ਵੀ ਨਿਊਜ਼ ਹਾਲੇ ਦੇਖਣ ਨੂੰ ਨਹੀਂ ਮਿਲੀ ਮਤਲਬ ਇਹ ਜਸਟ ਫੇਕ ਰੂਮਰ ਹੈ ਇੱਕ ਤਾਂ ਇਸ ਤਰ੍ਹਾਂ ਦੀ ਅਫਵਾਹ ਨੂੰ ਤੁਸੀਂ ਫਾਰਵਰਡ ਅੱਗੇ ਨਾ ਕਰੋ ਫਿਲਹਾਲ ਹਲੇ ਚੋਣ ਜਾਬਤਾ ਲੱਗਿਆ ਹੋਇਆ ਹੈ ਜਿਵੇਂ ਹੀ ਇਲੈਕਸ਼ਨ ਕੰਪਲੀਟ ਹੁੰਦੇ ਨੇ ਉਸ ਤੋਂ ਬਾਅਦ ਜ਼ਰੂਰ ਇਹ ਸਬ ਇਨਸਪੈਕਟਰ ਦਾ ਐਗਜ਼ਾਮ ਵੀ ਕੰਡਕਟ ਹੋ ਜਾਵੇਗਾ ਐਂਡ ਆਪਣੇ ਚੈਨਲ ਤੇ ਰੈਗੂਲਰਲੀ ਹੀ ਕਲਾਸਸ ਤੁਹਾਨੂੰ ਸਬ ਇਨਸਪੈਕਟਰ ਦੇ ਰਿਗਾਰਡਿੰਗ ਮਿਲਦੀ ਰਹਿੰਦੀ ਆ ਇਸ ਕਰਕੇ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬ ਇੰਸਪੈਕਟਰ ਦੇ एग्जाम ਦੀ ਪਰਫੈਕਟ ਤਿਆਰੀ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਓ ਐਂਡ ਉਦੋਂ ਤੱਕ ਤੁਸੀਂ एग्जाम ਦੀ ਤਿਆਰੀ ਛੱਡਣੀ ਨਹੀਂ ਦੋਸਤੋ ਇੱਕ SSC ਦੀ ਕਲਰਕ ਦੀਆਂ ਪੋਸਟਾਂ ਆਈਆਂ ਨੇ ਜਿਸ ਦਾ ਲਿੰਕ ਮੈਂ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦੇਣਾ ਉਹ ਵੀਡੀਓ ਚੈੱਕ ਕਰ ਲਓ ਪੂਰੀ ਡਿਟੇਲ ਬੁੱਕ ਐਂਡ ਸਿਲੇਬਸ ਦੀ ਜਾਣਕਾਰੀ ਤੁਹਾਨੂੰ ਉਸ ਵੀਡੀਓ ਵਿੱਚ ਮਿਲ ਜਾਵੇਗੀ ਉਹ ਪੋਸਟ ਫਿਲ ਕਰ ਦਿਓ ਆਈ ਥਿੰਕ ਮਾਰਚ ਤੱਕ ਉਸ ਦੀ ਜਿਹੜੀ ਲਾਸਟ ਡੇਟ ਹੈ ਮਾਰਚ ਤੱਕ ਤਿੰਨ ਮਾਰਚ ਤੱਕ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ 12ਵੀਂ ਪਾਸ ਕੈਂਡੀਡੇਟ ਉਸ ਪੋਸਟ ਨੂੰ ਅਪਲਾਈ ਕਰ ਸਕਦੇ ਨੇ ਉਸ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਨਹੀਂ ਮਿਲਦਾ ਤਾਂ ਇਹ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ ਇਸੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ SSC ਕਲਰਕ ਦੀ ਜਿਹੜੀ ਪੋਸਟ ਆਈ ਹੈ 3 ਮਾਰਚ ਉਸ ਦੀ ਲਾਸਟ ਡੇਟ ਉਸ ਬਾਰੇ ਪੂਰੀ ਜਾਣਕਾਰੀ ਲੈ ਕੇ ਫਿਰ ਉਸ ਫਾਰਮ ਨੂੰ ਫਿਲ ਜ਼ਰੂਰ ਕਰ ਸਕਦੇ ਹੋ ਤੁਸੀਂ